धन बाबा दीप सिंह के आगमन दिवस पर गुरुद्वारा श्री गुरु तेग बहादुर साहिब यहियागंज में विशेष कार्यक्रम के उपलक्ष्य में लखनऊ आए सिंह साहिब ज्ञानी जसविंदर सिंह पूर्व ग्रंथी श्री दरबार साहिब स्वर्ण मंदिर जिन्होंने लखनऊ पहुंचकर हिंद नगर स्थित बुद्ध सिंह परिवार में बीबी मंजीत कौर कर्णवीर सिंह प्रिंस के घर पहुँचे और घर की सुख शांति के लिए अरदास की। इसके उपरांत वह श्रृंगार नगर स्थित कपिल सलूजा के घर गए, आलमबाग स्थित चरण बुक डिपो में भी अरदास करी। ऐतिहासिक गुरुद्वारा श्री गुरु तेग बहादुर साहिब यहियागंज में डॉक्टर गुरमीत सिंह के संयोजन में सिख पंथ के महान योद्धा अनोखे अमर शहीद बाबा दीप सिंह जी के आगमन दिवस पर 25 जनवरी को साय 7 बजे से 11 बजे तक विशेष दीवान सजाया जाएगा। इस अवसर पर मुख्य रूप से अमृतसर से आए भाई सुरेंद्र सिंह मनी एवं दिल्ली से आए भाई चरणजीत सिंह हीरा शब्द कीर्तन द्वारा संगतों को निहाल करेंगे। सिंह साहिब ज्ञानी जसविंदर सिंह जी बाबा दीप सिंह जी के जीवन पर प्रकाश डालेंगे। गुरुद्वारा सचिव मनमोहन सिंह हैप्पी ने बताया कि 26 जनवरी को प्रातः 12 बजे से शाम 10 बजे तक दीवान सजाया जाएगा एवं दीवान की समाप्ति पर श्री गुरु ग्रंथ साहिब जी के ऊपर गुलाब के फूलों की वर्षा होगी। इस अवसर पर मुख्य रूप से डॉक्टर अमरजोत सिंह के नेतृत्व में फ्री मेडिकल कैंप, फ्री चेकअप, लॉयंट परमजीत सिंह जग्गी के नेतृत्व में ब्लड डोनेशन कैंप से विभिन्न कार्यक्रम होंगे। समाज के लिए उत्कृष्ट कार्य करने वाली संस्थाओं को बाबा दीप सिंह जी अवार्ड से सम्मानित किया जाएगा। गुरुद्वारा सचिव मनमोहन सिंह हैप्पी ने बताया कि डॉक्टर गुरमीत सिंह जी के संयोजन में होने वाले इस कार्यक्रम में लखनऊ की सभी धार्मिक संस्थाएँ एवं गुरुद्वारा साहिब शामिल होंगे। ਗੁੱਜੀ ਛੰਨੀ ਨਾਹੀਂ ਬਾਤ ਗੁਰੂ ਨਾਨਕ ਤੂਠਾ ਕੀਨੀ ਦਾਤ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਲਖਨਊ ਦੀਆਂ ਸਿੱਖ ਸੰਗਤਾਂ ਗੁਰਦੁਆਰਾ ਅਯਾਗੰਜ ਪ੍ਰਬੰਧਕ ਕਮੇਟੀ ਅਤੇ ਸਰਦਾਰ ਮਨਮੋਹਨ ਸਿੰਘ ਹੈਪੀ ਸਾਰੀਆਂ ਸੰਗਤਾਂ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਮਨਾ ਰਹੀਆਂ ਹਨ। ਦਾਸ ਹੁਣੇ ਹੁਣੇ ਏਅਰਪੋਰਟ ਤੋਂ ਬੀਬਾ ਮਨਜੀਤ ਕੌਰ ਉਹਨਾਂ ਦੇ ਗ੍ਰਹਿ ਵਿਖੇ ਆਇਆ ਹੈ। ਸਾਰੇ ਲਖਨਊ ਸ਼ਹਿਰ ਦੀਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ, ਨਾਲ ਬੇਨਤੀ ਕਰਦਾ ਹਾਂ ਆਪ ਜੀ ਨੇ ਸਾਰੇ ਸਮਾਗਮਾਂ ਦੇ ਵਿੱਚ ਦੁਪਹਿਰ ਰਾਤ ਨੂੰ ਜਿਹੜੇ ਵੀ ਦੀਵਾਨ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਨੀ ਹੈ, ਕਿਉਂਕਿ ਬਾਬਾ ਜੀ ਨੇ ਜ਼ੁਲਮ ਦੇ ਖਿਲਾਫ਼ ਲੜਾਈ ਲੜੀ। ਕਿਸੇ ਦੇ ਧਰਮ ਮੰਦਰ ਨੂੰ ਗੁਰਦੁਆਰੇ ਨੂੰ ਕੋਈ ਵੀ ਸਾਹਾ ਨਹੀਂ ਪਾਉਂਦਾ, ਪਰ ਉਹ ਸਮੇਂ ਦੀ ਹਕੂਮਤ ਇਹੋ ਜਿਹੀ ਸੀ, ਮੁਗਲ ਸਮਰਾਟ ਇਸ ਤਰ੍ਹਾਂ ਦੇ ਸੀ, ਉਹ ਕਹਿੰਦੇ ਸੀ ਹਰਿਮੰਦਰ ਸਾਹਿਬ ਨੂੰ ਘਰ ਦੇ। ਫਿਰ ਬਾਬਾ ਦੀਪ ਸਿੰਘ ਨੇ ਅੰਮ੍ਰਿਤ ਛਕਿਆ ਸੀ ਖੰਡੇ ਬਾਟੇ ਦਾ, ਇਹ ਨਾ 80 ਸਾਲ ਦੇ ਉਹ ਬਜ਼ੁਰਗ ਸੀ। ਫਿਰ ਉਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਲੈ ਕੇ ਜ਼ੁਲਮ ਦੇ ਖਿਲਾਫ਼ ਉਹ ਕਹਿੰਦੇ ਨਹੀਂ ਇਹ ਤਾਂ ਨਹੀਂ ਹੋਣ ਦੇਵਾ, ਇਹ ਸਰੋਵਰ ਵਿੱਚ ਨਹਾ ਕੇ ਅਵਲ ਅੱਲਾ ਨੂਰੇ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਘੁੰਮਣ ਤੇ ਚਾਰ ਦਰਵਾਜੇ ਸਾਰੇ ਚਾਰ ਧਰਮਾਂ ਦਾ ਸਭ ਹਿੰਦੂ ਸਿੱਖ ਈਸਾਈ ਮੁਸਲਮਾਨ ਕੋਈ ਵੀ ਆਏ ਅਤੇ ਇਸ ਦਰਬਾਰ ਦੀ ਰੱਖਿਆ ਮੈਂ ਕਰਾਂਗਾ। ਬਾਬਾ ਦੀਪ ਸਿੰਘ ਜੀ ਨੇ ਜਾ ਕੇ ਉੱਥੇ ਦਰਬਾਰ ਸਾਹਿਬ ਸੱਚਖੰਡ ਜਿਹਨੂੰ ਤੁਸੀਂ ਗੋਲਡਨ ਟੈਂਪਲ ਆ ਗਏ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਉਹਦੀ ਰੱਖਿਆ ਕੀਤੀ। ਉਹਨਾਂ ਦਾ ਜਨਮ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ ਅਸੀਂ ਅੱਜ ਨਗਰ ਕੀਰਤਨ ਬੜੀਆਂ ਸਿੱਖ ਸੰਗਤਾਂ ਉੱਥੇ ਅੰਮ੍ਰਿਤ ਬੜੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੰਮ੍ਰਿਤ ਛਕਾਇਆ ਗਿਆ। ਸਿੰਘ ਗੁਰੂ ਰਾਮਦਾਸ ਸਾਹਿਬ ਜੀ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇਸਾ ਧਾਰੀ ਹੋ, ਤੁਸੀਂ ਵੀ ਆਪਣੇ ਬੱਚਿਆਂ ਨੂੰ ਕੇਸਾ ਧਾਰੀ ਬਣਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕਾਓ। ਸੰਗਤਾਂ ਵਿੱਚ ਬਹੁਤ ਪਿਆਰ, ਸੰਗਤ ਬਹੁਤ ਪਿਆਰ ਨਾਲ, ਉਤਸ਼ਾਹ ਨਾਲ, ਸ਼ਰਧਾ ਨਾਲ ਇਹ ਜਨਮਦਿਨ ਪ੍ਰਕਾਸ਼ ਦਿਹਾੜਾ ਮਨਾ ਰਹੇ। ਮੇਰੇ ਵੱਲੋਂ ਤੁਹਾਡੇ ਚੈਨਲ ਨੂੰ ਸਿੱਖ ਸੰਗਤਾਂ
ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। चैनल देशपद न्यूज़ को बेल आइकन दबाकर सब्सक्राइब, लाइक और शेयर जरूर करें।